बिस्मिल्लाह रहमान रहीम, अस्सलामु अलैकुम वरहमतुल्लाहि वबरकातुहु। जी नाज़रीन, अज असीं तुहानूं ना नसीबो लाल दे गाणियां दे मुतलक दसांगे। तुसीं उहनां दे बहुत सारे गाणे सुने होणगे। ਉਹ ਐਡੇ ਗੰਦੇ ਗੰਦੇ ਗਾਣੇ ਗਾਉਂਦੀਆਂ ਰਹੀਆਂ ਨੇ, ਬੇਹਯਾਈ ਵਾਲੇ ਗਾਣੇ ਗਾਉਂਦੀਆਂ ਰਹੀਆਂ ਨੇ। ਹਾਲਾਂਕਿ ਅਸੀਂ ਪਾਕਿਸਤਾਨ ਦੇ ਵਿੱਚ ਰਹਿੰਦੇ ਹਾਂ। ਪਾਕਿਸਤਾਨ ਇੱਕ ਇਸਲਾਮੀ ਜਮਹੂਰੀਆ ਮੁਲਕ ਆ, ਜਿਹਦੇ ਵਿੱਚ ਇਹੋ ਜਿਹੇ ਗੰਦੇ ਗਾਣੇ, ਫਾਹਸ਼ੀ ਵਾਲੇ ਗਾਣੇ ਨਹੀਂ ਹੋਣੇ ਚਾਹੀਦੇ। ਬਤੌਰ ਮੁਸਲਮਾਨ ਵੈਸੇ ਸਾਨੂੰ ਇਹ ਗਾਣੇ ਸੁਣ ਕੇ ਸ਼ਰਮ ਆਉਂਦੀ ਆ, ਲੇਕਿਨ ਨਸੀਬੋ ਲਾਲ ਨੇ ਇਹ ਗਾਣੇ ਬੜੀ ਯਾਨੀ ਬੇਸ਼ਰਮੀ ਦੇ ਨਾਲ ਗਾਏ। ਉਹਨਾਂ ਨੂੰ ਪੂਰਾ ਸ਼ਰਮ ਨਹੀਂ ਆਈ ਕਿ ਐਡੇ ਬੇਹਈ ਵਾਲੇ ਗਾਣੇ ਨਹੀਂ ਗਾਣੇ ਚਾਹੀਦੇ। ਉਹ ਜਿਵੇਂ ਇੱਕ ਗਾਣਾ ਮੰਜੀ ਥੱਲੇ ਡਾਂਗ ਫੇਰਦਾ, ਬਬਲੂ ਪਾ, ਇਸ ਤਰ੍ਹਾਂ ਦੇ ਯਾਰ ਫਾਹਸ਼ੀ ਵਾਲੇ ਗਾਣੇ ਜਿਹੜੇ ਆ ਨਾ, ਬਹੁਤ ਗੰਦੇ ਗੰਦੇ ਗਾਏ। ਅਤੇ ਉਹ ਗੰਦੇ ਗੰਦੇ ਗਾਣੇ ਗਾਉਣ ਦੀ ਵਜ੍ਹਾ ਕੀ ਸੀ? ਅਤੇ ਆਇਆ ਉਹਨਾਂ ਨੇ ਆਪਣੇ ਸ਼ੌਕ ਦੇ ਨਾਲ ਇਹ ਗੰਦੇ ਗਾਣੇ ਗਾਏ, ਜਾਂ ਉਹ ਕਿਸੇ ਮਜਬੂਰੀ ਦੇ ਤਹਿਤ ਉਹਨਾਂ ਨੇ ਗਾਣੇ ਗਾਏ? ਉਹਦੀ ਸਾਰੀ ਤਫਸੀਲ ਤੁਹਾਨੂੰ ਅਸੀਂ ਦੱਸਦੇ ਹਾਂ। ਜੋ ਜੇ ਚੈਨਲ 'ਤੇ ਨਵੇਂ ਹੋ ਤਾਂ ਮਿਹਰਬਾਨੀ ਕਰਨਾ ਸਬਸਕ੍ਰਾਈਬ, ਲਾਈਕ, ਸ਼ੇਅਰ ਜ਼ਰੂਰ ਕਰ ਦੇਣਾ। ਤੁਹਾਡੀਆਂ ਮੁਹੱਬਤਾਂ ਦਾ ਬੜਾ ਸ਼ੁਕਰੀਆ। ਤੁਹਾਨੂੰ ਪਤਾ ਅਸੀਂ ਪਾਕਿਸਤਾਨ ਦੇ ਵਿੱਚ ਰਹਿੰਦੇ ਹਾਂ। ਅਸੀਂ ਆਪਣੀ ਸ਼ਰੀਅਤ ਨੂੰ ਵੀ ਦੇਖਣਾ ਹੁੰਦਾ, ਦੀਨ ਨੂੰ ਵੀ ਦੇਖਣਾ, ਇਸਲਾਮ ਨੂੰ ਵੀ ਦੇਖਣਾ। ਇਹੋ ਜਿਹਾ ਕੋਈ ਕੰਮ ਨਹੀਂ ਕਰਨਾ ਕਿ ਜਿਹੜਾ ਸਾਡੇ ਮਰਨੇ ਤੋਂ ਬਾਅਦ ਵੀ ਲੋਕ ਲਾਨਤਾਨ ਕਰਦੇ ਰਹਿਣ। ਕੁਛ ਕੰਮ ਕੀਤਾ ਹੋਏਗਾ ਯਾਰ, ਲੋਕ ਸਿਫਤ ਕਰਨਗੇ। ਅਗਰ ਬੁਰਾ ਕੰਮ ਕੀਤਾ ਹੋਏਗਾ, ਲੋਕ ਉਹਨੂੰ ਬੁਰੇ ਲਫਜ਼ਾਂ ਨਾਲ ਯਾਦ ਕਰਨਗੇ। ਅਤੇ ਇਸ ਤਰ੍ਹਾਂ ਦੇ ਫਿਲਮਾਂ ਦੇ ਵਿੱਚ ਗੰਦੇ ਗਾਣੇ ਗਾਣਾ, ਮੰਜੀ ਥੱਲੇ ਡਾਂਗ ਫੇਰਦਾ, ਬਬਲੂ ਪਾ, ਇਹ ਕੋਈ ਤਰੀਕਾ ਨਹੀਂ ਹੈਗਾ। ਕਿਉਂਕਿ ਅਸੀਂ ਮੁਸਲਮਾਨ ਹਾਂ, ਇਹ ਸਾਨੂੰ ਜ਼ੇਬ ਨਹੀਂ ਦਿੰਦਾ ਹੈਗਾ। ਅਤੇ ਜਦੋਂ ਇਹ ਤੁਹਾਨੂੰ ਪਤਾ ਨਸੀਬੋ ਲਾਲ ਇੱਕ ਝੌਂਪੜੀ ਦੇ ਵਿੱਚ ਰਹਿੰਦੀ ਹੁੰਦੀ ਸੀ, ਗੜਵੀ ਵਜਾਣੇ ਵਾਲੀ ਸੀ। ਅਤੇ ਇਹਨੇ ਸ਼ੁਰੂ ਸ਼ੁਰੂ ਦੇ ਵਿੱਚ ਜਦੋਂ ਗਾਣੇ ਸ਼ੁਰੂ ਕੀਤੇ ਅਤੇ ਲੋਕਾਂ ਨੇ ਆਪਣਾ ਆਪਣਾ ਫਾਇਦਾ ਉਠਾਇਆ, ਆਪਣਾ ਆਪਣਾ ਮਫਾਦ ਉਠਾਇਆ। ਅਤੇ ਇਹ ਸਨ 2000 ਦੀ ਦਹਾਈ ਦਾ ਵਾਕਿਆ ਆ, ਜਦੋਂ ਸੁਲਤਾਨ ਰਾਈ ਸਾਹਿਬ ਫੌਤ ਹੋ ਜਾਂਦੇ ਨੇ। ਉਸ ਤੋਂ ਬਾਅਦ ਅਦਾਕਾਰ ਸ਼ਾਨ ਸਾਹਿਬ ਆ ਜਾਂਦੇ ਨੇ। ਅਦਾਕਾਰ ਸ਼ਾਨ ਦੇ ਆਉਣ ਦੇ ਨਾਲ ਫਿਲਮ ਇੰਡਸਟਰੀ ਇੱਕ ਦਫ਼ਾ ਫਿਰ ਉੱਠੀ ਸੀ। ਲੇਕਿਨ ਇਹੋ ਜਿਹੇ ਗੰਦੇ ਗਾਣੇ, ਫਾਹਸ਼ੀ ਵਾਲੀਆਂ ਫਿਲਮਾਂ ਐਸੀਆਂ ਐਸੀਆਂ ਲਿਖੀਆਂ ਗਈਆਂ ਜਿਹਦੇ ਨਾਲ ਫਿਲਮ ਇੰਡਸਟਰੀ ਤਬਾਹੋ ਬਰਬਾਦ ਹੋ ਗਈ। ਵਕਤੀ ਤੌਰ 'ਤੇ ਫਾਇਦਾ ਹੋ ਜਾਂਦਾ, ਹਰ ਗੰਦੀ ਚੀਜ਼ ਨੂੰ ਇੱਕ ਦਫ਼ਾ ਵਕਤੀ ਤੌਰ 'ਤੇ ਅਰੂਜ ਆਉਂਦਾ, ਲੇਕਿਨ ਉਹ ਹਮੇਸ਼ਾ ਲਈ ਨਹੀਂ ਹੁੰਦਾ, ਖਤਮ ਹੋ ਜਾਂਦਾ ਅਰੂਜ। ਅਤੇ ਇਸੇ ਤਰ੍ਹਾਂ ਫਿਲਮ ਇੰਡਸਟਰੀ ਫਿਰ ਸਾਡੀ ਬਿਲਕੁਲ ਬਹਿ ਗਈ। ਅਤੇ ਤੁਸੀਂ ਦੇਖੋ, ਲਿਖਣੇ ਵਾਲੇ ਰਾਈਟਰਾਂ ਨੇ ਇਹੋ ਜਿਹੇ ਗਾਣੇ ਲਿਖੇ, ਐਸੇ ਫਿਲਮਾਂ ਲਿਖੀਆਂ, ਅਤੇ ਉਹਨਾਂ ਨੂੰ ਵੀ ਯਾਨੀ ਸ਼ਰਮ ਨਹੀਂ, ਹਯਾ ਨਹੀਂ ਆਇਆ ਕਿ ਅਸੀਂ ਮੁਸਲਮਾਨ ਹਾਂ। ਇਹ ਜਿਹੜੀ ਵੀ ਚੀਜ਼ ਇੱਕ ਦਫ਼ਾ ਲਿਖੀ ਗਈ, ਨੈੱਟ 'ਤੇ ਚੜ੍ਹ ਗਈ, ਇਹ ਸਾਰੀ ਉਮਰ ਚੱਲਦੀ ਰਹਿਣੀ ਆ, ਅਤੇ ਅਸੀਂ ਇਸ ਦੁਨੀਆ ਤੋਂ ਚਲੇ ਜਾਣਾ। ਲੇਕਿਨ ਦੁਨੀਆ ਜਿਹੜੀ ਆ ਨਾ, ਇਸ ਪੈਸੇ ਦੀ ਖਾਤਰ, ਇਸ ਪੈਸੇ ਨੂੰ ਹਾਸਲ ਕਰਨ ਦੀ ਖਾਤਰ ਐਵੇਂ ਨੱਸਦੀ ਆ। ਕੋਈ ਨਹੀਂ ਵੇਖਦੀ ਇਹ ਚੀਜ਼ ਇਸਲਾਮ ਦੇ ਵਿੱਚ ਮਮਨੂ ਆ, ਮਨਾ ਆ, ਜਾਂ ਕਿਸ ਤਰ੍ਹਾਂ ਇਹ ਕਰਨੀ ਚਾਹੀਦੀ ਜਾਂ ਨਹੀਂ ਕਰਨੀ ਚਾਹੀਦੀ, ਜਾਂ ਜਾਇਜ਼ ਆ ਜਾਂ ਨਜਾਇਜ਼ ਆ। ਬਸ ਧੜਾ ਧੜ ਉਹਨੂੰ ਮੰਡੀ ਆਉਂਦੇ ਨੇ, ਮੰਡੀ ਆਉਂਦੇ ਨੇ। ਇਸੇ ਤਰ੍ਹਾਂ ਰਾਈਟਰਾਂ ਨੇ ਵੀ ਕੀਤਾ। ਕੋਈ ਫਾਹਸ਼ੀ ਵਾਲੇ ਜਿਹੜਾ ਮਰਜ਼ੀ ਗਾਣੇ ਲਿਖਾ ਲਏ, ਕੋਈ ਫਿਲਮ ਸਾਜ਼ ਜਿਹੜਾ ਵੀ ਕੋਈ ਰਾਈਟਰ ਉਹਨੂੰ ਕਹਿੰਦਾ ਸੀ ਪੈਸੇ ਦੇਈ ਆ, ਜੋ ਕੁਛ ਮਰਜ਼ੀ ਲਿਖਵਾਈ ਆ। ਫਿਰ ਮੌਸੀਕਾਰ ਸੀ ਜਿਹੜੇ, ਉਹਨਾਂ ਨੇ ਪੈਸਾ ਚੰਗਾ ਕਮਾਇਆ, ਜੋ ਵੀ ਤੁਸੀਂ ਗਾਣੇ ਗਵਾਣੇ ਨੇ ਗਵਾਈ ਆਵੋ ਅਤੇ ਆਪਣੀਆਂ ਜ਼ਿੰਦਗੀਆਂ ਸਵਾਰੀ ਆਵੋ ਅਤੇ ਆਖਰਤ ਤਬਾਹ ਕਰੀ ਆਵੋ, ਇਹ ਹਾਲ ਸੀ। ਅਤੇ ਤੁਹਾਨੂੰ ਪਤਾ ਇਹ ਗੜਵੀ ਵਜਾਉਂਦੀ ਸੀ ਪਹਿਲਾਂ,
ਗੁਰੂਕਾਰਾ ਜਿਹੜੀ ਹੈ ਸਾਡੀ ਨਸੀਬੋ ਲਾਲ ਹੈ। ਅਤੇ ਇਹ ਜਿਸ ਵੇਲੇ ਸਟੂਡੀਓ 'ਚ ਇੱਕ ਦਫ਼ਾ ਤਾਫੂ ਸਾਹਿਬ ਨੂੰ ਮਿਲੇ, ਅਤੇ ਤਾਫੂ ਸਾਹਿਬ ਬਹੁਤ ਬੜੇ ਮਿਊਜ਼ਿਕ ਡਾਇਰੈਕਟਰ ਸੀ ਸਾਡੇ ਪਾਕਿਸਤਾਨ ਫਿਲਮ ਇੰਡਸਟਰੀ ਦੇ, ਹਜੇ ਵੀ ਹੈ ਨੇ ਉਹ। ਅਤੇ ਉਹਨਾਂ ਨੇ ਜਿਸ ਵੇਲੇ ਇਹਨਾਂ ਨੂੰ ਸੁਣਿਆ, ਇਹਦੀ ਆਵਾਜ਼ ਚੰਗੀ ਸੀ, ਉਹਨਾਂ ਨੇ ਇਹਨੂੰ ਫਿਲਮਾਂ ਦੇ ਵਿੱਚ ਫਿਰ ਗਾਣੇ ਗਾਉਣ ਵਾਸਤੇ ਕਾਸਟ ਕਰ ਲਿਆ ਔਰ ਫਿਲਮਾਂ 'ਤੇ ਗਾਣੇ ਗੁਣੇ ਗਾਏ। ਉਹਨਾਂ ਨੇ ਫਿਰ ਚੰਗਾ ਮਾਲ ਪਾਣੀ ਇਕੱਠਾ ਕੀਤਾ, ਜਿੰਨੇ ਵੀ ਮੌਸੀਕਾਰ ਸੀ ਜਾਂ ਫਿਲਮ ਡਾਇਰੈਕਟਰ ਸੀ ਰਾਈਟਰ ਸੀ। ਫਿਰ ਉਹ ਸ਼ਾਨ ਦੇ ਦੌਰ ਦੇ ਵਿੱਚ ਇੱਕ ਐਸਾ ਦੌਰ ਆ ਗਿਆ ਕਿ ਬੜੇ ਬੜੇ ਲੋਕ, ਬਦਮਾਸ਼ ਲੋਕ ਇਨ ਹੋ ਗਏ, ਜਿਨ੍ਹਾਂ ਨੇ ਬੜੀਆਂ ਬੜੀਆਂ ਫਿਲਮਾਂ ਆਪਣੇ ਨਾਂ 'ਤੇ ਰੱਖ ਲਈਆਂ। ਵਹਿਸ਼ੀ ਗੁੱਜਰ, ਵਹਿਸ਼ੀ ਜੱਟ, ਜੱਟ ਦਾ ਖੜਾਕ, ਰਾਈ ਦਾ ਖੜਾਕ, ਮੱਖਣ ਜੱਟ, ਕੋ ਇਸ ਤਰ੍ਹਾਂ ਆਪਣੀਆਂ ਆਪਣੀਆਂ ਫਿਲਮਾਂ ਬਣਾ ਲਈਆਂ, ਆਪਣੇ ਆਪਣੇ ਨਾਂ ਰੱਖ ਲਏ ਸਿਰਫ ਕਮਾਈ ਦਾ ਜ਼ਰੀਆ। ਰਾਈਟਰਾਂ ਨੇ ਵੀ ਨਹੀਂ ਵੇਖਿਆ ਫਿਲਮ ਭਈ ਇਹ ਸਹੀ ਆ, ਇਹਦੀ ਕੋਈ ਕਹਾਣੀ ਸਬਕ ਮੋਜ਼ ਹੈ। ਕਹਾਣੀ ਹਮੇਸ਼ਾ ਫਿਲਮ ਦੀ ਇਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਕਿ ਉੱਤੋਂ ਕੋਈ ਸਬਕ ਹਾਸਲ ਕਰਨਾ ਚਾਹੀਦਾ ਬੰਦੇ ਨੂੰ। ਲੇਕਿਨ ਜੇ ਇਸ ਤਰ੍ਹਾਂ ਦੀ ਫਹਾਸ਼ੀ ਫੈਲਾਣੀ ਆ, ਰਿਆਨੀ ਫੈਲਾਣੀ ਆ, ਤੁਸੀਂ ਦੇਖੋ ਜਿਹੜੀਆਂ ਫਿਲਮਾਂ 2000 ਤੋਂ ਬਾਅਦ ਆਈਆਂ ਕਿਸ ਤਰ੍ਹਾਂ ਡਾਂਸ ਕਰਦੀਆਂ, ਇੱਕ ਦੂਜੇ ਨਾਲ ਜੱਫੀਆਂ ਪਾਉਂਦੀਆਂ, ਖੁੱਲ੍ਹੇ ਕਰਦੀਆਂ। ਲੇਕਿਨ ਜਿਹੜਾ ਪਹਿਲਾ ਦੌਰ ਸੀ ਫਿਲਮ ਇੰਡਸਟਰੀ ਦਾ, ਉਹਦੇ ਵਿੱਚ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਸੀ ਹੈਗੀ। ਤੁਸੀਂ ਦੇਖ ਲਓ ਜਿਹੜੀ ਸੰਨ 70-75 ਦੀ ਦਹਾਈ ਦੇ ਵਿੱਚ ਫਿਲਮਾਂ ਬਣੀਆਂ, 60 ਤੋਂ ਲੱਗ ਕੇ 80 ਤੱਕ ਬਹੁਤ ਅੱਛੀਆਂ ਫਿਲਮਾਂ ਬਣੀਆਂ। ਸਬਕ ਮੋਜ਼ ਕਹਾਣੀ ਹੁੰਦੀ ਸੀ, ਉਸਦੇ ਅੰਦਰ ਇੱਕ ਸਬਕ ਹਾਸਲ ਕੀਤਾ ਜਾਂਦਾ ਸੀ, ਉਹਦਾ ਨਤੀਜਾ ਨਿਕਲਦਾ ਹੁੰਦਾ ਸੀ ਕਿ ਇਹਦਾ ਐਂਡ ਆਇਆ, ਯਾਨੀ ਤੁਸੀਂ ਜੈਸਾ ਕਰੋਗੇ ਵੈਸਾ ਭਰੋਗੇ। ਉਹ ਕਹਾਣੀ ਦੇ ਵਿੱਚ ਫਿਰ ਸਾਰਾ ਦਿਖਾਇਆ ਜਾਂਦਾ ਸੀ, ਫਿਰ ਐਂਡ 'ਤੇ ਉਹਦਾ ਨਤੀਜਾ ਦਿਖਾਇਆ ਜਾਂਦਾ ਸੀ, ਅਤੇ ਫਿਰ ਉਹ ਤੋਂ ਇੱਕ ਸਬਕ ਹਾਸਲ ਕੀਤਾ ਜਾਂਦਾ ਸੀ। ਲੇਕਿਨ ਇਹ ਨਸੀਬੋ ਲਾਲ ਨੇ ਆ ਕੇ ਫਿਰ ਬੜਾ ਗੰਦ ਪਾਇਆ, ਬੜੇ ਗੰਦੇ ਗੰਦੇ ਗਾਣੇ ਪਾਏ। ਲੇਕਿਨ ਇਹ ਵੀ ਵਿਚਾਰੀ ਨੇ ਆਪ ਨਹੀਂ ਗਾਏ, ਇਹਦੇ ਕੋਲੋਂ ਗਵਾਏ ਗਏ ਡੰਡੇ ਦੇ ਜ਼ੋਰ 'ਤੇ। ਜਦੋਂ ਇਹ ਗਾਣੇ ਨਹੀਂ ਸੀ ਗਾਉਂਦੀ, ਇਹ ਕਹਿੰਦੀ ਹੁੰਦੀ ਸੀ ਮੈਂ ਅੱਛੀ ਨਹੀਂ ਲੱਗਦੀ ਔਰਤ ਆ ਇਹੋ ਜਿਹੇ ਗਾਣੇ ਗਾਉਂਦੀ। ਅਤੇ ਉਹ ਜਿਹੜੇ ਸੇਠ ਲੋਕ ਸੀ, ਬਦਮਾਸ਼ ਲੋਕ ਸੀ, ਗੁੰਡੇ ਸੀ ਜਿਹੜੇ, ਉਹ ਕਹਿੰਦੇ ਸੀ ਅਗਰ ਤੂੰ ਨਹੀਂ ਗਾਏਂਗੀ ਤਾਂ ਅਸੀਂ ਤੇਰੇ ਖਾਨਦਾਨ ਨੂੰ ਮਰਵਾ ਦਿਆਂਗੇ, ਅਸੀਂ ਤੇਰੇ ਘਰ ਵਾਲਿਆਂ ਨੂੰ ਚੁੱਕ ਲਿਆਵਾਂਗੇ ਤੂੰ ਇਹ ਗਾਣੇ ਗਾ। ਅਤੇ ਅਦਲੂਕਾਰਾ ਨਸੀਬੋ ਲਾਲ ਜਿਹੜੀ ਸੀ ਉਹ ਐਡੀ ਹੁਸ਼ਿਆਰ ਚਲਾਕ ਨਹੀਂ ਸੀ, ਅਤੇ ਤੁਸੀਂ ਦੇਖਿਆ ਉਹਨਾਂ ਸਾਦਾ ਜਿਹੀ ਜ਼ਿੰਦਗੀ ਗੁਜ਼ਾਰਨੇ ਵਾਲੀ ਸੀ, ਅਤੇ ਉਹ ਵਿਚਾਰੀ ਇੰਨੀ ਪੜ੍ਹੀ ਲਿਖੀ ਵੀ ਕੋਈ ਨਹੀਂ ਸੀ। ਲੇਕਿਨ ਇਹ ਜਿਹੜਾ ਮਾਫੀਆ ਬੈਠਾ ਸੀ ਨਾ, ਇਹਨੇ ਡੰਡੇ ਦੇ ਜ਼ੋਰ 'ਤੇ ਉਹਦੇ ਕੋਲੋਂ ਸਾਰਾ ਕੰਮ ਕਰਵਾਇਆ, ਅਤੇ ਸਾਰੇ ਪੈਸੇ ਆਪ ਰੱਖ ਲੈਂਦੇ ਸੀ, ਉਹਨੂੰ ਬੁਲਾਉਂਦੇ ਸੀ ਗਾਣਾ ਗਵਾਉਣ ਵਾਸਤੇ, ਅਤੇ ਉਹਨੂੰ ਰੁਪਈਆ 2-4 ਹਜ਼ਾਰ ਕਿਰਾਇਆ ਆਉਣ ਜਾਣ ਦਾ ਦੇ ਦੇਣਾ, ਬਾਕੀ ਫਿਲਮ ਸਾਜ ਕੋਲੋਂ 1 ਲੱਖ ਰੁਪਈਆ ਇਹ ਮੌਸੀਕਾਰਾਂ ਨੇ ਫੜਨਾ, ਆਪਣੀ ਜੇਬ 'ਚ ਪਾ ਲੈਣਾ, 2-4 ਹਜ਼ਾਰ ਰੁਪਈਆ ਉਹਨੂੰ ਦੇ ਦੇਣਾ ਅਤੇ ਉਹਨੂੰ ਘਰ ਨੂੰ ਭੇਜ ਦੇਣਾ। ਉਹ ਵਿਚਾਰੀ ਸਿੱਧੀ ਸਾਦੀ ਸੀ, ਉਹਨੂੰ ਨਹੀਂ ਸੀ ਪਤਾ ਵੀ ਇਹ ਕਿਸ ਤਰ੍ਹਾਂ ਦਾ, ਹਾਲਾਂਕਿ ਜਿਵੇਂ ਉਹ ਮਸ਼ਹੂਰ ਹੋਈ ਸੀ, ਜਿਵੇਂ ਉਹਨੇ ਐਲਬਮ ਕੱਢੇ ਨੇ ਆਪਣੇ ਗਾਣਿਆਂ ਦੇ, ਅਤੇ ਉਹ ਤਾਂ ਆਪਣੇ ਮਹੱਲਾਤ ਕੋਠੀਆਂ ਬਣਾ ਸਕਦੀ ਸੀ, ਗੱਡੀਆਂ ਕਾਰਾਂ ਖਰੀਦ ਸਕਦੀ ਸੀ। ਤੁਸੀਂ ਵੇਖ ਲਓ ਹੁਣ ਵੀ ਉਹਦਾ ਘਰ ਇੱਕ ਨਾਰਮਲ ਜਿਹਾ ਘਰ ਆ ਜਿਹਦੇ ਵਿੱਚ ਰਹਿ ਰਹੀ ਆ। ਅਤੇ ਸਾਡੇ ਇਹ ਜਿਹੜਾ ਮਾਫੀਆ ਉੱਤੇ ਬੈਠਾ ਨਾ, ਉਹ ਖਾ ਗਿਆ ਸਾਰਾ ਕੁਛ ਉਹਦਾ, ਵਿਚਾਰੀ ਨੂੰ ਲੁੱਟ ਕੇ ਲੈ ਗਏ ਅਤੇ ਆਪਣੇ ਢਿੱਡ ਭਰ ਲਏ, ਅਤੇ ਉਹ ਉੱਥੇ ਦੀ ਉੱਥੇ ਖਲੋਤੀ ਆ, ਅਤੇ ਉਹ ਹਲਕੇ ਜਿਹੇ ਘਰ ਦੇ ਵਿੱਚ ਰਹਿੰਦੀ ਆ, ਅਤੇ ਉਹ ਵਿਚਾਰੀ ਮਜਬੂਰੀ ਦੇ ਤਹਿਤ ਗਾਣੇ ਗਾਉਂਦੀ ਸੀ, ਉਹਨੂੰ ਡਰਾ ਧਮਕਾ ਕੇ ਗਾਣੇ ਉਹਦੇ ਕੋਲ ਗਵਾਏ ਜਾਂਦੇ ਸੀ। ਅਤੇ ਅੱਲਾਹ ਤਾਲਾ ਨਸੀਬੋ ਲਾਲ 'ਤੇ ਰਹਿਮਤਾਂ ਫਰਮਾਏ, ਬਲਕਿ ਸਭ 'ਤੇ ਅੱਲਾਹ ਤਾਲਾ ਰਹਿਮਤਾਂ ਫਰਮਾਏ।
ਇਹ ਦੇਖੋ ਤੁਸੀਂ ਇਸ ਤਰ੍ਹਾਂ ਦੇ ਗਾਣੇ ਗਾਉਣ ਦੀ ਵਜ੍ਹਾ ਨਾਲ ਸਾਡੀ ਫਿਲਮ ਇੰਡਸਟਰੀ ਤਬਾਹ ਬਰਬਾਦ ਹੋ ਗਈ, ਫੈਮਿਲੀਆਂ ਫਿਰ ਸਿਨੇਮਿਆਂ ਤੋਂ ਦੂਰ ਹੋ ਗਈਆਂ, ਅਤੇ ਹੁਣ ਫਿਲਮਾਂ ਦਾ ਕੀ ਹਾਲ ਆ? ਕੋਈ ਨਹੀਂ ਫਿਲਮ ਦੇਖਦਾ ਹੈਗਾ, ਹੁਣ ਤਾਂ ਘਰ ਘਰ ਫਿਲਮਾਂ ਲੱਗੀਆਂ, ਕੋਈ ਨਹੀਂ ਵੇਖਦਾ, ਨਾ ਹੁਣ ਸ਼ੌਕ ਰਹਿ ਗਿਆ ਕਿਸੇ ਨੂੰ ਫਿਲਮਾਂ ਵੇਖਣ ਦਾ, ਅਤੇ ਬਸ ਹੁਣ ਨਫਸੋ ਨਫਸੀ ਪਈ ਆ, ਫੜ ਲਓ ਪਈ ਆ, ਹਰ ਬੰਦਾ ਕਹਿੰਦਾ ਮੈਂ ਯੇ ਕਰ ਲਾਂ, ਮੈਂ ਵੋ ਕਰ ਲਾਂ, ਬਸ ਹੋਰ ਪੈਸੇ ਦੇ ਪਿੱਛੇ ਨੱਸੀ ਫਿਰਦੀ ਆ। ਯੂਟਿਊਬ 'ਤੇ ਵੀ ਤੁਸੀਂ ਦੇਖ ਲਓ, ਸਾਰੀ ਦੁਨੀਆ ਨੱਸੀ ਫਿਰਦੀ ਆ, ਅਤੇ ਅੱਲਾਹ ਤਾਲਾ ਸਭ 'ਤੇ ਰਹਿਮਤਾਂ ਫਰਮਾਏ, ਅੱਲਾਹ ਤਾਲਾ ਆਪਣੇ ਹਿਫਜ਼ੋ ਅਮਾਨ 'ਚ ਰੱਖੇ। ਅਸਲਾਮੁ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ।